ਸਿੱਖ ਇਤਿਹਾਸ ਨਾਲ ਛੇੜਛਾੜ ਦੇ ਮਾਮਲੇ ਦਿਨੋਂ ਦਿਨ ਵੱਧ ਰਹੇ ਨੇ, ਜੋ ਕਿ ਇੱਕ ਕੋਝੀ ਹਰਕਤ ਹੈ। ਆਏ ਦਿਨ ਸਿੱਖ ਇਤਿਹਾਸ ਨਾਲ ਛੇੜਛਾੜ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ। ਨਵਾਂ ਮਾਮਲਾ ਦਿੱਲੀ ਦਾ ਹੈ, ਜਿੱਥੇ ਲਾਲ ਕਿਲੇ ਦੀ ਰਾਮਲੀਲਾ ਕਮੇਟੀ ਵੱਲੋਂ ਮੂਲ ਮੰਤਰ 'ਤੇ ਡਾਂਸ ਕਰਨ ਦੀ ਵੀਡੀਓ ਸਾਹਮਣੇ ਆਈ ਹੈ। ਇੰਨਾ ਹੀ ਨਹੀਂ, ਇਸ ਰਾਮਲੀਲਾ 'ਚ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਨਕਲ ਵੀ ਕੀਤੀ ਗਈ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸਿੱਖ ਭਾਈਚਾਰੇ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਰਾਮਲੀਲਾ ਕਮੇਟੀ ਮੁਆਫ਼ੀ ਵੀ ਮੰਗ ਚੁੱਕੀ ਹੈ, ਪਰ ਫਿਰ ਵੀ ਸਿੱਖ ਜਥੇਬੰਦੀਆਂ ਦਾ ਗੁੱਸਾ ਸ਼ਾਂਤ ਨਹੀਂ ਹੋ ਰਿਹਾ। ਤੁਸੀਂ ਵੀ ਦੇਖੋ ਰਾਮਲੀਲਾ ਦੀ ਇਹ ਵੀਡੀਓ। ਸਿੱਖ ਧਰਮ ਦੀਆਂ ਚੀਜ਼ਾਂ ਨਹੀਂ ਔਰ ਵੇਖੋ ਮੂਲ ਮੰਤਰ ਦਾ ਪਾਠ ਲਾਉਣ ਤੋਂ ਬਾਅਦ ਉੱਥੇ ਤੇ ਡਾਂਸ ਹੋ ਰਿਹਾ ਔਰ ਸਿਰੋਂ ਨੰਗੇ ਸਾਰ ਉਹਨਾਂ ਨੇ ਮਾਫ਼ੀ ਮੰਗੀ ਸੀ। ਪਰ ਜਿਹੜਾ ਨੌਨ ਸਿੱਖ ਹੈ, ਜਿਹੜਾ ਨੌਨ ਸਿੱਖ ਆ ਜਾਂ ਨੌਨ ਇੰਡੀਅਨ ਆ, ਕੋਈ ਇਹੋ ਜਿਹਾ ਕੰਮ ਕਰਦਾ ਉਹਦੇ ਤੋਂ ਸਮਝ ਆ ਸਕਦੀ ਕਿ ਉਹਨੂੰ ਜਾਣਕਾਰੀ ਦੀ ਘਾਟ ਹੋਊਗੀ। ਇੰਡੀਆ ਦੀ ਸਭ ਤੋਂ ਵੱਡੀ ਰਾਮਲੀਲਾ। ਇਸ ਮਾਮਲੇ ਸੰਬੰਧੀ ਜਲੰਧਰ 'ਚ ਸਿੱਖ ਤਾਲਮੇਲ ਕਮੇਟੀ ਵੱਲੋਂ ਮੀਟਿੰਗ ਕੀਤੀ ਗਈ, ਜਿਸ 'ਚ ਕਮੇਟੀ ਦੇ ਪ੍ਰਧਾਨ ਹਰਪਾਲ ਸਿੰਘ ਚੱਡਾ ਨੇ ਦੱਸਿਆ ਕਿ ਗੁਰੂ ਸਾਹਿਬਾਨ ਦਾ ਰੂਪ ਬਣਾਉਣ 'ਤੇ ਪੂਰੀ ਪਾਬੰਦੀ ਹੈ, ਫਿਰ ਵੀ ਦਿੱਲੀ ਦੀ ਮਸ਼ਹੂਰ ਰਾਮਲੀਲਾ ਕਮੇਟੀ ਨੇ ਇੰਨੀ ਵੱਡੀ ਗਲਤੀ ਕਿਉਂ ਕੀਤੀ। ਉਹਨਾਂ ਕਿਹਾ ਕਿ ਇਸ ਰਾਮਲੀਲਾ ਕਮੇਟੀ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇੱਕ ਵੀਡੀਓ ਸਾਡੇ ਕੋਲ ਵਾਇਰਲ ਹੋ ਕੇ ਸੋਸ਼ਲ ਮੀਡੀਆ ਰਾਹੀਂ ਪਹੁੰਚੀ ਹੈ, ਜਿਹਦੇ ਵਿੱਚ ਜਦੋਂ ਉਹ ਰਾਮਲੀਲਾ ਦੀ ਸ਼ੁਰੂਆਤ ਕਰਦੇ ਹੈ ਅਤੇ ਉੱਥੇ ਉਹ ਗੁਰਬਾਣੀ ਦੇ ਵਿੱਚ ਮੂਲ ਮੰਤਰ ਤੋਂ ਸਟਾਰਟ ਕਰਕੇ ਔਰ ਉਸ ਮੂਲ ਮੰਤਰ ਨੂੰ ਜਦੋਂ ਉਸ ਸਾਊਂਡ ਸਿਸਟਮ ਦੇ ਉੱਤੇ ਚਲਾਇਆ ਜਾਂਦਾ ਹੈ ਔਰ ਉਸ ਮੂਲ ਮੰਤਰ ਦੇ ਉੱਪਰ ਬਕਾਇਦਾ ਡਾਂਸ ਚੱਲ ਰਹੇ ਨੇ, ਉਹ ਡਾਂਸ ਕਰਕੇ ਜਿਹੜਾ ਉਹ ਉੱਥੇ ਪਰਫਾਰਮੈਂਸ ਕੀਤੀ ਜਾ ਰਹੀ ਹੈ ਔਰ ਉਸ ਵੀਡੀਓ ਦੇ ਵਿੱਚ ਬੜੀ ਹੀ ਮੰਦਭਾਗੀ ਗੱਲ ਹੈ ਕਿ ਉਹਨਾਂ ਨੇ ਇੱਕ ਆਮ ਇੱਕ ਬੰਦੇ ਨੂੰ ਜਿਹੜਾ ਉਹ ਗੁਰੂ ਨਾਨਕ ਦੇਵ ਪਾਤਸ਼ਾਹੀ ਦਾ ਇੱਕ ਸਰੂਪ ਬਣਾ ਕੇ ਅਤੇ ਉਹਨੂੰ ਬਕਾਇਦਾ ਸਟੇਜ ਦੇ ਉੱਪਰ ਖੜਿਆਂ ਕਰਕੇ ਅਤੇ ਉਹ ਇਸ ਸ਼ੁਰੂਆਤ ਨੂੰ ਕੀਤਾ ਗਿਆ। ਹੁਣ ਜਿਹੜੀ ਸਿੱਖ ਧਰਮ ਦੀ ਜਿਹੜੀ ਸਾਡੀ ਮਰਿਆਦਾ ਹੈ ਉਹਦੇ ਵਿੱਚ ਸਾਡੇ ਕਿਤੇ ਵੀ ਕਿਸੇ ਵੀ ਗੁਰੂ ਸਾਹਿਬਾਨ ਦੇ ਜਿਹੜੇ ਸਰੂਪ ਹੈ ਉਹ ਕਿਤੇ ਵੀ ਨਹੀਂ ਇੱਦਾਂ ਕੋਈ ਬਣਾਏ ਜਾਂਦੇ। ਇਹਨਾਂ ਉੱਤੇ ਬਹੁਤ ਵੱਡੀ ਇੱਕ ਪਾਬੰਦੀ ਹੈ ਇਸ ਗੱਲ ਦੇ ਉੱਤੇ ਸਾਡੇ ਧਰਮ ਦੇ ਵਿੱਚ ਕਿ ਕਿਸੇ ਵੀ ਮਹਾਰਾਜ ਦੇ ਗੁਰੂ ਮਹਾਰਾਜ ਦੇ ਕਿਸੇ ਵੀ ਸਰੂਪ ਨੂੰ ਅਸੀਂ ਦੁਨਿਆਵੀ ਤੌਰ 'ਤੇ ਆਮ ਬੰਦੇ ਦਾ ਜਿਹੜਾ ਉਹ ਨਹੀਂ ਆਪਣਾ ਬਣਾ ਸਕਦੇ। ਹੁਣ ਇਸ ਗੱਲ ਦੀ ਜਿਹੜੀ ਗੱਲ ਸੀ ਇਹ ਗੱਲ ਕੋਈ ਛੋਟੀ ਮੋਟੀ ਕੋਈ ਮਹੱਲੇ ਦੀ ਕੋਈ ਜਾਂ ਕੋਈ ਹੋਰ ਕੋਈ ਛੋਟੀ ਮੋਟੀ ਕੋਈ ਕਮੇਟੀ ਇਸ ਗੱਲ ਨੂੰ ਕਰਦੀ ਤਾਂ ਸ਼ਾਇਦ ਅਸੀਂ ਇਹ ਗੱਲ ਕਹਿ ਸਕਦੇ ਸੀ ਵੀ ਕਿਤੇ ਇਹ ਜਾਣੇ ਅਣਜਾਣੇ 'ਚ ਹੋ ਗਈ। ਇਹ ਜਿਹੜੀ ਕਮੇਟੀ ਹੈ ਇਹ ਕੋਈ ਛੋਟੀ ਮੋਟੀ ਕਮੇਟੀ ਨਹੀਂ, ਇਸ ਕਮੇਟੀ ਦੇ ਵਿੱਚ PM ਲੈਵਲ ਦੇ, ਮੰਤਰੀ ਲੈਵਲ ਦੇ, ਹੋਰ ਜਿਹੜੇ ਸੈਂਟਰ ਦੇ ਮਿਨਿਸਟਰ ਜਾਂ ਗਵਰਨਰ ਜਾਂ ਜਿਹੜੇ ਬਹੁਤ ਫਿਲਮੀ ਵੱਡੀਆਂ ਹਸਤੀਆਂ ਉਹ ਇਹਦੇ ਵਿੱਚ ਜਿਹੜੀਆਂ ਉਹ ਕਿਰਦਾਰ ਦੇ ਰੋਲ ਨਿਭਾਉਂਦੀਆਂ ਜਾਂ ਉਹਦੇ 'ਚ ਪਾਰਟੀਸਪੇਟ ਕਰਦੀਆਂ। ਹੁਣ ਜੇ ਉਹ ਵੀ ਇਸ ਗੱਲ ਦੇ ਉੱਤੇ ਆ ਗਏ ਹੈ ਕਿ ਹਾਂ ਵੀ ਉਹ ਮਹਾਰਾਜ ਦਾ ਸਰੂਪ ਬਣਾ ਕੇ ਇੱਕ ਗੁਰੂ ਨਾਨਕ ਦੇਵ ਪਾਤਸ਼ਾਹੀ ਦਾ ਸਰੂਪ ਕਿਸੇ ਬੰਦੇ ਨੂੰ ਬਣਾ ਕੇ ਅਤੇ ਉੱਥੇ ਮੂਲ ਮੰਤਰ ਦੇ ਉੱਪਰ ਡਾਂਸ 'ਤੇ ਆ ਕੀਤੇ ਜਾਣ, ਇਹਦਾ ਮਤਲਬ ਇੱਕ ਸੋਚੀ ਸਮਝੀ ਜਿਹੜੀ ਹੈ ਉਹ ਸਾਜਿਸ਼ ਹੈ। ਇਹ ਜਾਣ ਬੁੱਝ ਕੇ ਇੱਕ ਸਿੱਖ ਧਰਮ ਦੇ ਵਿੱਚ ਇੱਕ ਚੁੰਡੀ ਵੱਢਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਹਾਂ ਬਈ ਤੁਸੀਂ ਸੁੱਤੇ ਹੋ ਕੇ ਜਾਂ ਜਾਗਦੇ ਹੋ। ਇਹ ਬਿਲਕੁਲ ਮਨਿਓਰਟੀ ਨੂੰ ਅਟੈਕ ਕਰਨ ਵਾਲੀ ਗੱਲ ਹੈ। ਇਸ ਤੋਂ ਪਹਿਲਾਂ ਰਵਿਦਾਸ ਭਾਈਚਾਰੇ ਦਾ ਮੰਦਰ ਢਾਹ ਕੇ ਰਵਿਦਾਸ ਭਾਈਚਾਰੇ ਨੂੰ ਤੰਗ ਕੀਤਾ ਗਿਆ, ਮੁਸਲਮਾਨਾਂ ਨੂੰ ਉੱਥੇ ਹੋਰ ਦੀਆਂ ਹੋਰ 370 ਦੀਆਂ ਧਾਰਾਵਾਂ ਛੋੜ ਕੇ ਜਾਂ ਹੋਰ ਉਹਨਾਂ ਨੂੰ ਦੇ ਕੇ ਉਹਨਾਂ ਨੂੰ ਚੈੱਕ ਕੀਤਾ ਗਿਆ। ਵਾਲਮੀਕ ਭਾਈਚਾਰੇ ਦੇ ਵਿੱਚ ਉਹਨਾਂ ਦੇ ਜਿਹੜੀਆਂ ਲਵ ਕੁਸ਼ ਦਾ ਜਿਹੜਾ ਕਲਰ ਚੈਨਲ 'ਤੇ ਚਲਵਾ ਕੇ ਹੁਣ ਬਕਾਇਦਾ ਸਿੱਖੀ ਦੇ ਵਿੱਚ ਆਹ ਅਟੈਕ ਕਰਕੇ ਇਹ ਬਕਾਇਦਾ ਜਿਹੜੀ ਇੱਕ ਚਾਲ ਹੈ ਇੱਕ ਸੋਚੀ ਸਮਝੀ ਸਾਜਿਸ਼ ਦੇ ਅਧੀਨ ਜਿਹੜਾ ਕੀਤਾ ਜਾ ਰਿਹਾ। ਇਸ ਚੀਜ਼ਾਂ ਨੂੰ ਅਸੀਂ ਕਿਸੇ ਵੀ ਹੱਦ ਤੱਕ ਬਰਦਾਸ਼ਤ ਨਹੀਂ ਕਰਨਾ।
ਹੁਣ ਜੇ ਇਹ ਅੱਜ ਅਸੀਂ ਜਿੰਨੀਆਂ ਵੀ ਜਥੇਬੰਦੀਆਂ ਇੱਥੇ ਇਕੱਠੇ ਹੋ ਕੇ ਅੱਜ ਸੀ ਪੀ ਸਾਹਿਬ ਨੂੰ ਮਿਲ ਕੇ ਅਤੇ ਆਪਣੀ ਸਾਡਾ ਜਿਹੜਾ ਮੁੱਦਾ ਸੀ ਅਸੀਂ ਉਹਨੂੰ ਬਕਾਇਦਾ ਸਰਕਾਰ ਦੇ ਥਰੂ ਉਹ ਦਿੱਲੀ ਸਰਕਾਰ ਤੱਕ ਪਹੁੰਚਾਇਆ, ਇਹ ਚੀਜ਼ਾਂ ਦੀ ਜਿਹੜੀ ਜ਼ਿੰਮੇਵਾਰੀ ਹੈ, ਇਹ ਜਿਹੜੀ ਸਾਡੀ ਸਿੱਖ ਲੀਡਰਸ਼ਿਪ ਹੈ, ਐੱਸ ਜੀ ਪੀ ਸੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਹਿਦਾਰ ਅਕਾਲ ਤਖਤ, ਜਾਂ ਜਿੰਨੀਆਂ ਵੀ ਇਹ ਅਕਾਲੀ ਦਲ ਜਿਹੜੇ ਕਿ ਆਪਣੇ ਆਪ ਨੂੰ ਪੰਥਕ ਘੁਆਉਂਦੇ ਨੇ, ਇਹ ਸਾਰੀਆਂ ਜ਼ਿੰਮੇਵਾਰੀਆਂ ਉਹਨਾਂ ਦੀਆਂ ਨੇ। ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਬਿਲਕੁਲ ਭੱਜ ਚੁੱਕੇ ਨੇ ਔਰ ਬਕਾਇਦਾ ਸਿੱਖ ਧਰਮ ਦੀ ਕੋਈ ਪਹਿਰੇਦਾਰੀ ਕਰਨ ਵਾਲੀ ਉਹਨਾਂ ਵੱਲੋਂ ਕਦੀ ਕੋਈ ਗੱਲ ਨਹੀਂ ਆਉਂਦੀ। ਹੁਣ ਜੇ ਇਹ ਗੱਲ ਨੂੰ ਅੱਜ ਅਸੀਂ ਜਦੋਂ ਸਾਡੇ ਕੋਲ ਪਹੁੰਚੀ ਹੈ ਵੀਡੀਓ, ਅਤੇ ਅਸੀਂ ਅੱਜ ਸਿਰਸਾ ਜੀ ਨੂੰ ਉੱਥੇ ਫੋਨ ਕਰਕੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋ ਔਰ ਦਿੱਲੀ ਦੇ ਅੰਦਰ ਹੀ ਐਡੀ ਵੱਡੀ ਸਟੇਜ ਦੇ ਉੱਤੇ ਇਕਾਰਾ ਹੋ ਰਿਹਾ, ਅਤੇ ਉਹ ਕਹਿੰਦੇ ਜੀ ਤੁਸੀਂ ਇਹ ਸਾਡੇ ਗੱਲ ਧਿਆਨ 'ਚ ਲਿਆ ਦਿੱਤੀ ਹੈ, ਅਸੀਂ ਹੁਣ ਇੱਥੇ ਕੰਮ ਕਰਾਂਗੇ, ਅਸੀਂ ਇੱਥੇ ਹੁਣ ਵਰਕ ਕਰਾਂਗੇ। ਚਲੋ ਹੁਣ ਗੱਲ ਤਾਂ ਇਹ ਹੈ ਵੀ ਅਸੀਂ ਹੁਣ ਜੇ ਅਸੀਂ ਇਹਨਾਂ ਨੂੰ ਪੰਜਾਬ ਬੈਠੇ ਦਿੱਲੀ ਵਾਲਿਆਂ ਨੂੰ ਜਿੱਥੇ ਵਾਰਦਾਤ ਹੋ ਰਹੀ ਹੈ, ਜਿੱਥੇ ਕੰਮ ਹੋ ਰਿਹਾ, ਉਹਨਾਂ ਨੂੰ ਅਸੀਂ ਕਹੀਏ ਜਾਂ ਉਹਨਾਂ ਨੂੰ ਦੱਸੀਏ ਤਾਂ ਉਹ ਜਾਗਣ, ਇਹ ਤਾਂ ਬਿਲਕੁਲ ਮੈਂ ਇਹ ਹਿਸਾਬ ਲਾਇਆ ਵੀ ਹਾਂ ਵੀ ਇਹ ਜਿੰਨੇ ਵੀ ਅੱਜ ਦੀ ਡੇਟ 'ਚ ਜਿਹੜੇ ਸਿੱਖ ਲੀਡਰਸ਼ਿਪ ਦੇ ਵਿੱਚ ਲੀਡਰ ਬੈਠੇ ਨੇ, ਇਹ ਸਾਡੀ ਲੀਡਰਸ਼ਿਪ ਦੇ ਯੋਗ ਨਹੀਂ ਹੈਗੇ, ਚਾਹੇ ਉਹ ਕੋਈ ਵੀ ਹੋਵੇ। ਰਾਮਲੀਲਾ ਜਿਹੜੀ ਕਮੇਟੀ ਹੈ ਜੀ, ਉਹ ਲਵ ਕੁਸ਼ ਨਾਂ ਦੇ ਉੱਤੇ ਇੱਕ ਬੜੀ ਬਹੁਤ ਵੱਡੀ ਇੱਕ ਕਮੇਟੀ ਜਿਹੜੀ ਉਹਨਾਂ ਦੀ ਰਜਿਸਟਰਡ ਹੋਈ ਹੋਈ ਹੈ, ਲਵ ਕੁਸ਼ ਰਾਮਲੀਲਾ ਕਮੇਟੀ ਲਾਲ ਕਿਲੇ ਦੇ ਅੰਦਰ। ਹੁਣ ਉਹ ਆਪਣੇ ਵੱਲੋਂ ਉਹਨਾਂ ਨੇ ਅੱਜ ਇੱਕ ਮੀਡੀਆ ਦੇ ਰਾਹੀਂ, ਇੱਕ ਪ੍ਰੈਸ ਦੇ ਰਾਹੀਂ ਆਪਣਾ ਇੱਕ ਮਾਫੀਨਾਮਾ ਵੀ ਭੇਜ ਦਿੱਤਾ, ਪਰ ਮਾਫੀਨਾਮੇ ਦੇ ਵਿੱਚ ਫਿਰ ਉਹ ਆਪਣੇ ਆਪ ਨੂੰ ਪਿੱਛੇ ਛੱਡ ਕੇ ਅਤੇ ਇੱਕ ਔਰਗਨਾਈਜ਼ ਈਵੈਂਟ ਔਰਗਨਾਈਜ਼ ਕੰਪਨੀ ਜਿਹੜੀ ਹੈਗੀ ਆ ਉਹਦੇ ਉੱਤੇ ਪਾਤੀ ਵੀ ਜੀ ਸਾਨੂੰ ਨਹੀਂ ਸੀ ਪਤਾ ਉਹਨਾਂ ਨੇ ਇਹ ਕਰਤਾ, ਜਦਕਿ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਸੀ, ਇਹ ਬਹੁਤ ਵੱਡੀ ਗੱਲ ਹੈ, ਇਸ ਗੱਲ ਤੋਂ ਉਹ ਪਿੱਛਾ ਨਹੀਂ ਛੁਡਾ ਸਕਦੇ। ਅਸੀਂ ਆਪਣੇ ਵੱਲੋਂ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਦੀ ਜਿਹੜੀ ਗੱਲ ਹੈ ਉਹਨੂੰ ਜੇ ਰੱਖਿਆ ਤਾਂ ਅਸੀਂ ਉੱਤੇ ਪੂਰੀ ਪਹਿਰੇਦਾਰੀ ਦੇਵਾਂਗੇ, ਬਕਾਇਦਾ ਉਹਨਾਂ ਉੱਤੇ ਜਿਹੜੀ ਹੈ ਉਹ ਕਾਨੂੰਨੀ ਕਾਰਵਾਈ ਕਰਾ ਕੇ ਦਾਂ। ਰਾਮਲੀਲਾ ਕਮੇਟੀ ਦੇ ਇਸ ਕਾਰੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਜੇਕਰ ਇਹਨਾਂ ਦੋਸ਼ੀਆਂ 'ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਤਾਂ ਸੰਘਰਸ਼ ਹੋਰ ਵੀ ਤੇਜ਼ ਹੋ ਸਕਦਾ ਹੈ। ਜਲੰਧਰ ਤੋਂ ਮਨਵੀਰ ਸਬਰਵਾਲ ਦੀ ਰਿਪੋਰਟ, D5 ਚੈਨਲ ਪੰਜਾਬੀ।